ਹਰੀ ਸਿੰਘ ਨਲਵਾ ਤੇ ਆਪਣੀ ਕੌਮ ਨੂੰ ਸੰਦੇਸ਼ ਦੇ ਰਿਹਾ ਹੈ। ਕਹਿੰਦਾ ਜਾਂਦੀ ਵਾਰ ਹਾਂ ਸਾਥੀਓ, ਕਹਿਣ ਲੱਗਾ ਮੇਰੀ ਮੌਤ ਦਾ ਗਾਇਓ ਨਾ ਰਾਗ ਸਿੰਘੋ, ਸਿੱਖ ਰਾਜ ਦੇ ਮਾਲੀਓ, ਗੌਰ ਕਰਨੀ ਉਜੜ ਜਾਏ ਨਾ ਸਿੱਖੀ ਦਾ ਬਾਗ ਸਿੰਘੋ, ਚਾਦਰ ਅਣਖ ਦੀ ਰਹੇ ਸਫੇਦ ਜਿਹੜੀ, ਲੱਗ ਜਾਏ ਨਾ ਜ਼ਰਾ ਵੀ ਦਾਗ ਸਿੰਘੋ, ਨਾਹੀ ਬਿਲਿਆ ਆਪਣੇ ਦੁਸ਼ਮਣਾਂ ਨੂੰ ਮੇਰੀ ਮੌਤ ਦਾ ਮਿਲੇ ਸੁਰਾਗ ਸਿੰਘੋ। ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਸਰਕਾਰ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਦੀ ਰੋਜ਼ਾਨਾ ਰਿਪੋਰਟ ਮੰਗਵਾ ਰਹੀ ਹੈ, ਦੂਜੇ ਪਾਸੇ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧ ਕਰਦੀਆਂ ਆ ਰਹੀਆਂ ਨੇ। ਇਸੇ ਖਿੱਚੋਤਾਣ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਅੱਜ ਇੱਕ ਭਾਰੀ ਇਕੱਠ ਕੀਤਾ ਹੈ। ਇਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬੋੜ ਸਿੰਘ ਅਤੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਾਦਿਕ ਦੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਅੱਗ ਲਗਾਈ ਗਈ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਦੇ ਵਿੱਚ ਨੇ, ਇਸ ਤਰ੍ਹਾਂ ਬਿਨਾਂ ਅੱਗ ਲਗਾਇਆ ਉਸਦੇ ਖਰਚੇ ਦੇ ਵਿੱਚ ਹੋਰ ਵਾਧਾ ਹੁੰਦਾ ਹੈ, ਅਤੇ ਜੇਕਰ ਉਹ ਸਰਕਾਰ ਦੇ ਕੋਲੋਂ ਇਸ ਖਰਚੇ ਦੀ ਮੰਗ ਕਰਦੇ ਨੇ ਤਾਂ ਸਰਕਾਰ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹੈ, ਅਤੇ ਮਜਬੂਰੀ ਵੱਸ ਕਿਸਾਨਾਂ ਨੂੰ ਅਜਿਹਾ ਕਰਨਾ ਪੈ ਰਿਹਾ। 12-13 ਦਿਨ ਹੋ ਗਏ, ਅਸੀਂ ਪ੍ਰਸ਼ਾਸਨ ਦੀ ਵੇਟ ਕੀਤੀ ਹੈ ਵੀ ਸਾਡੀ ਜਿਹੜੀ ਪਰਾਲੀ ਦਾ ਕੋਈ ਨਿਪਟਾਰਾ ਕਰ ਦੇਣਗੇ। ਸਾਡਾ ਵੀ ਜੀ ਨਹੀਂ ਕਰਦਾ ਸੀ ਵੀ ਅਸੀਂ ਇਸ ਨੂੰ ਅੱਗ ਲਾਈਏ, ਅਸੀਂ ਵੀ ਚਾਹੁੰਦੇ ਵੀ ਸਰਕਾਰ ਸਾਡੀ ਪਰਾਲੀ ਚੱਕ ਕੇ ਲੈ ਜਾਵੇ, ਸਾਡਾ ਵਾਹਣ ਵਿਹਲਾ ਕਰ ਦੇ ਅਤੇ ਅਸੀਂ ਆਪਦੀ ਕਣਕ ਬੀਜਣ ਦੀ ਤਿਆਰੀ ਕਰੀਏ। ਪਰ 10-15 ਦਿਨ ਬੀਤਣ ਦੇ ਬਾਵਜੂਦ ਵੀ ਮਤਲਬ ਸਾਡੇ ਖੇਤ ਦੇ ਵਿੱਚ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਰਾਲੀ ਨੂੰ ਸਮੇਟਣ ਸੰਬੰਧੀ ਕੋਈ ਵੀ ਮਸ਼ੀਨਰੀ ਲੈ ਕੇ ਜਾਂ ਕੋਈ ਹੋਰ ਸਾਧਨ ਲੈ ਕੇ ਨਹੀਂ ਆਇਆ ਵੀ ਅਸੀਂ ਪਰਾਲੀ ਲੈ ਜਾਈਏ। ਅਸੀਂ ਚਾਹੁੰਦੇ ਸੀ ਵੀ ਸਾਡੀ ਪਰਾਲੀ ਚੱਕ ਕੇ ਲੈ ਜਾਓ, ਸਾਡਾ ਵਾਹਣ ਵਿਹਲਾ ਕਰ ਦਿਓ। ਪਰ ਹੁਣ ਅਸੀਂ ਕਣਕ ਦੀ ਤਿਆਰੀ ਕਰਨੀ ਹੈ, ਸਾਡੀ ਮਜਬੂਰੀ ਹੈ ਵੀ ਇਸ ਪਰਾਲੀ ਨੂੰ ਅਸੀਂ ਅੱਗ ਤੋਂ ਬਿਨਾਂ ਹੁਣ ਸਾਡਾ ਕੋਈ ਗੁਜ਼ਾਰਾ ਨਹੀਂ ਗਾ, ਕਿਉਂਕਿ ਜੇ ਅਸੀਂ ਹੋਰ ਵੀ ਵੇਟ ਕਰਦੇ ਹਾਂ ਤਾਂ ਅਸੀਂ ਰੌਣੀ ਵੀ ਕਰਨੀ ਹੈ। ਇਸ ਕਰਕੇ ਕਣਕ ਜਿਹੜੀ ਉਹ ਦਿਨੋਂ ਦਿਨ ਲੇਟ ਹੁੰਦੀ ਜਾਣੀ ਹੈ। ਵੀ ਮਹਿਕਮਾ ਖੇਤੀਬਾੜੀ ਦਾ ਇਹ ਵੀ ਕਹਿੰਦਾ ਵੀ ਜੇ ਤੁਸੀਂ ਇੱਕ ਹਫ਼ਤਾ ਕਣਕ ਲੇਟ ਕਰਦੇ ਹਾਂ ਤਾਂ ਉਹਦੇ ਨਾਲ ਮਤਲਬ ਕੁਇੰਟਲ 2 ਕੁਇੰਟਲ ਦਾ ਝਾੜ ਦਾ ਫਰਕ ਪੈਂਦਾ। ਇਸ ਕਰਕੇ ਜੇ ਅਸੀਂ ਇਹਦੀ ਹੋਰ ਵੇਟ ਕਰਦੇ ਹਾਂ ਤਾਂ ਸਾਡਾ ਜਿਹੜਾ ਵਾਹਣ ਹੈ ਉਹ ਅਸੀਂ ਰੌਣੀ ਕਰਨ ਤੋਂ ਬਹੁਤ ਪਛੇਤ ਹੋ ਜਾਵਾਂਗੇ ਅਤੇ ਸਾਡਾ ਜਿਹੜਾ ਕਣਕ ਦਾ ਲੌਸ ਹੋਊਗਾ। ਇਸ ਕਰਕੇ ਅੱਜ ਅਸੀਂ ਮਜਬੂਰੀ ਵੱਸ ਇਸ ਪਰਾਲੀ ਨੂੰ ਅੱਗ ਲਾਉਣ ਜਾ ਰਹੇ ਹਾਂ। ਸਾਦਿਕ ਤੋਂ ਰਵੀ ਸੰਗਰਾਹੂਰ ਦੇ ਨਾਲ ਮੰਦਰ ਰੋਮਾਣਾ ਦੀ ਰਿਪੋਰਟ, ਪਹਿਰੇਦਾਰ ਟੀਵੀ। ਜਿੰਨਾ ਚਿਰ ਫੌਜਾਂ ਪੜਨ ਕਰਨਾ ਮੇਰੀ ਮੌਤ ਦਾ ਜ਼ਿਕਰ ਨਹੀਂ ਕਰਨਾ, ਮੇਰੇ ਨਾਮ ਤੋਂ ਸਦਾ ਹੀ ਰਹਿਣੇ ਸਹਿਮਦੇ, ਨਾਮ ਤੋਂ ਸਦਾ ਹੀ ਰਹਿਣੇ ਸਹਿਮਦੇ, ਜਾਲਮ ਮਲੇਸ਼ ਖਾਲਸਾ। ਜਾਂਦੀ ਵਾਰ ਦਾ ਸਦਾ ਹੀ ਯਾਦ ਰੱਖਣਾ ਮੇਰਾ ਇਹ ਸੰਦੇਸ਼ ਖਾਲਸਾ, ਜਾਂਦੀ ਵਾਰ ਦਾ ਸਦਾ ਹੀ ਯਾਦ ਰੱਖਣਾ ਮੇਰਾ ਇਹ ਸੰਦੇਸ਼ ਖਾਲਸਾ।